ਪਿੰਗਲਵਾੜੇ ਦਾ ਮਤਲਬ ਹੈ, ਪਿੰਗਲ ਦਾ ਮਤਲਬ ਕ੍ਰਿਪਲ ਹੁੰਦਾ, ਵਾੜਾ ਮੀਨਸ ਇਨਕਲੂਜਰ ਹੁੰਦਾ ਜਿੱਥੇ ਕਿ ਕ੍ਰਿਪਲਸ ਨੂੰ ਰੱਖਿਆ ਜਾਂਦਾ। ਪਰ ਐਕਚੁਅਲੀ ਪਿੰਗਲਵਾੜਾ ਜੋ ਹੈ ਹੋਮ ਫੋਰ ਦਾ ਡੈਸਟੀਚੂਟ ਇਨਫਰਮ ਐਂਡ ਡਿਸੇਬਲਡ ਪਰਸਨਸ ਜਾਂ ਹੋਮਲੈਸ ਪਰਸਨਸ, ਇਹ ਮਤਲਬ ਪਿੰਗਲਵਾੜੇ ਦੀ ਡੈਫੀਨੇਸ਼ਨ ਹੈਗੀ ਹੈ। ਭਗਤ ਪੂਰਨ ਸਿੰਘ ਜੀ ਦਾ ਜਨਮ ਰਾਜੇਵਾਲ ਖੰਨੇ ਡਿਸਟ੍ਰਿਕਟ ਖੰਨੇ ਦੇ ਵਿੱਚ ਲੁਧਿਆਣਾ ਡਿਸਟ੍ਰਿਕਟ ਵਿੱਚ ਹੋਇਆ। 1904 ਦੇ ਵਿੱਚ ਪੈਦਾ ਹੋਏ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਐਜੂਕੇਸ਼ਨ ਜਿਹੜੀ ਹੈ ਖੰਨਾ ਸਕੂਲ ਦੇ ਵਿੱਚ ਲਈ। 10ਵੀਂ ਦੇ ਇਮਤਿਹਾਨ ਦੇਣ ਤੋਂ ਬਾਅਦ ਭਗਤ ਪੂਰਨ ਸਿੰਘ ਜਿਹੜੇ ਹੈ ਉਹ ਲਾਹੌਰ ਚਲੇ ਗਏ, ਜਿੱਥੇ ਉਹਨਾਂ ਦੀ ਮਾਤਾ ਜੀ ਪਹਿਲਾਂ ਸ਼ਾਹੂਕਾਰ ਦੇ ਬੇਟੇ ਸੀ। ਘਰ ਵਿੱਚ ਗਰੀਬੀ ਆਉਣ ਕਰਕੇ ਕਾਲ ਪੈ ਗਿਆ ਅਤੇ ਗਰੀਬੀ ਆ ਗਈ, ਲੋਕਾਂ ਨੇ ਵਾਪਸ ਨਹੀਂ ਪੈਸੇ ਮੋੜੇ। ਤਾਂ ਭਗਤ ਪੂਰਨ ਸਿੰਘ ਜੀ ਵਾਪਸ ਆਪਣੀ ਮਾਤਾ ਕੋਲੋਂ, ਜਿੱਥੇ ਉਹ 10 ਰੁਪਏ ਮਹੀਨੇ ਦੇ ਕਿਸੇ ਦੇ ਘਰ ਕੰਮ ਕਰਦੇ ਸੀ ਭਗਤ ਪੂਰਨ ਸਿੰਘ ਜੀ ਨੂੰ ਪੜ੍ਹਾਉਣ ਵਾਸਤੇ, ਉੱਥੇ ਕੰਮ ਕਰਦੇ ਸੀ, ਉੱਥੇ ਆ ਗਏ। ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਗੁਰਦੁਆਰਾ ਡੇਰਾ ਸਾਹਿਬ ਜਾਇਆ ਕਰੋ। ਤਾਂ ਭਗਤ ਪੂਰਨ ਸਿੰਘ ਜੀ ਗੁਰਦੁਆਰਾ ਡੇਰਾ ਸਾਹਿਬ ਗਏ ਤਾਂ ਉੱਥੇ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ। ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰੀ ਉਹ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਸੀ, ਜਦੋਂ ਇੱਕ ਦੋ ਵਾਰੀ ਉਹਨਾਂ ਨੂੰ ਗੁਰਦੁਆਰੇ ਜਾਣ ਦਾ ਮੌਕਾ ਮਿਲਿਆ, ਉਹ ਇੰਨੇ ਪ੍ਰਭਾਵਿਤ ਹੋਏ ਗੁਰੂ ਦੇ ਲੰਗਰ ਤੋਂ, ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਆਪਣਾ ਮਨ ਬਣਾ ਲਿਆ ਕਿ ਮੈਂ ਸਿੱਖ ਧਰਮ ਅਡੋਪਟ ਕਰਨਾ ਹੈਗਾ। ਤਾਂ ਪਹਿਲਾਂ ਉਹਨਾਂ ਦਾ ਨਾਂ ਰਾਮਜੀ ਦਾਸ ਸੀ, ਫਿਰ ਉਹ ਭਗਤ ਪੂਰਨ ਸਿੰਘ ਬਣ ਗਏ। ਅਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਰਹਿੰਦੇ ਹੋਇਆਂ ਇੱਕ ਬੱਚਾ ਜਿਹੜਾ ਕਿ ਸੈਰੀਬਲ ਪਾਲਸੀ ਸੀ, ਸਪਾਸਟਿਕ ਬੱਚਾ ਸੀ, ਆਪਣਾ ਕੁਛ ਕੰਮ ਨਹੀਂ ਕਰ ਸਕਦਾ ਸੀ, ਉਹ ਬੱਚਾ ਨੂੰ ਲੈ ਕੇ ਕੁਛ ਲੋਕ ਆਏ ਅਤੇ ਕਹਿਣ ਲੱਗੇ ਵੀ ਇਹਦੀ ਮਾਂ ਮਰ ਗਈ ਸੀ, ਇਹਦਾ ਪਿਓ ਸਾਡੇ ਘਰ ਛੱਡ ਕੇ ਚਲਾ ਗਿਆ, ਅਸੀਂ ਸਾਰੇ ਤੀਮਖਾਨਿਆਂ ਵਿੱਚ ਚਲੇ ਗਏ, ਇਹਨੂੰ ਕਿਸੇ ਨੇ ਨਹੀਂ ਰੱਖਿਆ, ਅਤੇ ਹੁਣ ਅਸੀਂ ਰੱਬ ਗੁਰਦੁਆਰੇ ਛੱਡਣਾ ਆ। ਗੁਰਦੁਆਰੇ ਵਾਲਿਆਂ ਨੇ ਵੀ ਜਵਾਬ ਦਿੱਤਾ ਕਿ ਸਾਡੇ ਕੋਈ ਪ੍ਰਬੰਧ ਨਹੀਂ ਹੈ। ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮਦਿਨ ਵਾਲੇ ਦਿਨ ਗੁਰਦੁਆਰਾ ਡੇਰਾ ਸਾਹਿਬ ਦੀਆਂ ਪੌੜੀਆਂ ਦੇ ਉੱਤੇ ਰੱਬ ਦੇ ਨਾਂ ਦੇ ਉੱਤੇ ਛੱਡ ਕੇ ਚਲੇ ਗਏ। ਉਹ ਦੋ ਕੁ ਦਿਨ ਸੇਵਾਦਾਰਾਂ ਨੇ ਉਹਨੂੰ ਉਹੋ ਜਿਹੀ ਥਾਂ 'ਤੇ ਬਿਠਾ ਦਿੱਤਾ ਕਿਉਂਕਿ ਉਹ ਆਪਣੀ ਕਿਰਿਆ ਆਪ ਨਹੀਂ ਕਰ ਸਕਦਾ ਸੀ, ਅਤੇ ਇਸ ਕਰਕੇ ਉਸ ਥਾਂ 'ਤੇ ਬਿਠਾ ਦਿੱਤਾ ਜਿੱਥੇ ਕਿ ਉਹ ਗੰਦੀ ਥਾਂ ਸੀ। ਤਾਂ ਭਗਤ ਪੂਰਨ ਸਿੰਘ ਜੀ ਨੇ ਲੋਕਾਂ ਨੇ ਤਰਸ ਖਾ ਕੇ ਦੁੱਧ ਪਿਆਤਾ, ਜਦੋਂ ਉਹਨੂੰ ਟੱਟੀਆਂ ਲੱਗ ਗਈਆਂ, ਲੂਜ਼ ਮੋਸ਼ਨਸ ਹੋ ਗਈਆਂ, ਤਾਂ ਸਾਰਾ ਲਿਬੜ ਗਿਆ, ਤਾਂ ਭਗਤ ਜੀ ਨੂੰ ਉਹਦਾ ਚਿਹਰਾ ਉਤਰਿਆ ਦੇਖ ਕੇ ਬਰਦਾਸ਼ਤ ਨਾ ਹੋਇਆ, ਉਹਨੂੰ ਚੁੱਕਿਆ, ਸਾਫ਼ ਕੀਤਾ, ਅਤੇ ਫਿਰ ਮਹੰਤ ਜੀ ਕੋਲ ਲੈ ਗਏ ਵੀ ਇਹਦਾ ਕੀ ਕਰਨਾ। ਉਹ ਕਹਿੰਦੇ ਤੂੰ ਹੁਣ ਪੂਰਨ ਸਿੰਘਾਂ ਨੂੰ ਚੁੱਕਿਆ, ਤੂੰ ਹੀ ਸਾਂਭ। ਤਾਂ ਭਗਤ ਪੂਰਨ ਸਿੰਘ ਜੀ ਨੇ ਅਰਦਾਸ ਦਾ ਅਹਿਸਾਸ ਹੋਇਆ ਕਿ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਲੋਕ ਇਹੋ ਜਿਹੇ ਜਿਨ੍ਹਾਂ ਨੂੰ ਸਮਾਜ ਨੇ ਠੁਕਰਾਇਆ ਹੋਇਆ ਸੀ ਉਹ ਝਾਕੀ ਨਜ਼ਰ ਆਈ, ਅਤੇ ਉਹਨਾਂ ਨੇ ਸੋਚਿਆ ਵੀ ਕੁਛ ਨਾ ਕੁਛ ਕੋਈ ਆਸ਼ਰਮ ਹੋਣਾ ਚਾਹੀਦਾ ਜਿੱਥੇ ਇਹ ਲੋਕ ਆਰਾਮ ਨਾਲ ਰਹਿ ਸਕਣ। ਤਾਂ ਭਗਤ ਪੂਰਨ ਸਿੰਘ ਜੀ ਨੇ ਉਸ ਨੂੰ ਉਹਦੀ 58 ਸਾਲ ਸੇਵਾ ਕੀਤੀ। ਤਾਂ ਇਸ ਦੇ ਨਾਲ ਹੀ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਇੱਕ ਆਸ਼ਰਮ ਬਣਾਇਆ ਜਾਵੇ। ਪਰ ਜਦ ਤੱਕ ਗੁਰਦੁਆਰਾ ਡੇਰਾ ਸਾਹਿਬ 24 ਸਾਲ ਰਹੇ ਤਾਂ 24 ਸਾਲ ਉਹ ਲਾਇਬ੍ਰੇਰੀਆਂ ਵਿੱਚ ਜਾ ਕੇ ਪੜ੍ਹਾਈ ਕਰਦੇ ਰਹੇ ਔਰ ਦੁਨੀਆ ਦੀਆਂ ਸਮੱਸਿਆਵਾਂ ਦਾ ਅਧਿਐਨ ਕਰਦੇ ਰਹੇ। ਉੱਥੋਂ ਹੀ ਉਹਨਾਂ ਨੂੰ ਮਹਾਤਮਾ ਗਾਂਧੀ ਦੀ ਯੰਗ ਇੰਡੀਆ ਜਿਹੜਾ ਮੈਗਜ਼ੀਨ ਸੀ ਉਹ ਪੜ੍ਹਿਆ, ਅਤੇ ਇਨਵਾਇਰਮੈਂਟ ਬਾਰੇ ਵੀ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਜਿਹਦੇ ਤੋਂ ਉਦੋਂ ਤੋਂ ਹੀ ਉਹਨਾਂ ਨੂੰ ਇਹ ਮੰਤ ਹੋਇਆ ਕਿ ਮੈਂ ਸਮਾਜ ਸੇਵਾ ਕਰਨੀ ਹੈ। ਪਾਕਿਸਤਾਨ ਬਣਿਆ, ਭਗਤ ਜੀ ਹਿੰਦੁਸਤਾਨ 'ਚ ਆ ਗਏ, ਰਿਫਿਊਜੀ ਕੈਂਪ ਵਿੱਚ ਸੇਵਾ ਕੀਤੀ। 8-9 ਮਹੀਨਿਆਂ ਬਾਅਦ ਰਿਫਿਊਜੀ ਕੈਂਪ ਖਤਮ ਹੋ ਗਿਆ, ਅਤੇ ਰਿਫਿਊਜੀ ਕੈਂਪ ਵਿੱਚ ਵੀ ਜਿਹੜੇ ਲੋਕ ਬਿਮਾਰ ਸਨ ਜਾਂ ਇਕੱਲੇ ਰਹਿ ਗਏ ਸਨ ਉਹਨਾਂ ਨੂੰ ਸੰਭਾਲਣ ਦਾ ਕੋਈ ਇੰਤਜ਼ਾਮ ਨਹੀਂ ਸੀ। ਪ੍ਰਿੰਸੀਪਲ ਜੋਤ ਸਿੰਘ ਜਿਹੜੇ ਸੀ ਉਦੋਂ ਇੰਚਾਰਜ ਸੀ ਕੈਂਪ ਦੇ, ਭਗਤ ਜੀ ਉਹਨਾਂ ਕੋਲ ਗਏ ਕਿ ਇਹਨਾਂ ਲੋਕਾਂ ਦਾ ਜਿਨ੍ਹਾਂ ਦੇ ਕੋਲ ਕੋਈ ਰਹਿ ਨਹੀਂ ਹੈ ਨਹੀਂ ਸੇਵਾ ਕਰਨ ਵਾਲਾ, ਬਿਮਾਰ ਨੇ, ਇਹਨਾਂ ਦਾ ਕੀ ਪ੍ਰਬੰਧ ਆ। ਉਹ ਕਹਿੰਦੇ ਸਾਡੇ ਕੋਲ ਤਾਂ ਕੋਈ ਪ੍ਰਬੰਧ ਨਹੀਂ, ਅਤੇ ਜ਼ਿੰਮੇਵਾਰੀ ਭਗਤ ਜੀ ਨੇ ਆਪਣੇ 'ਤੇ ਲੈ ਲਈ। ਜਦੋਂ ਕੈਂਪ ਖਤਮ ਹੋ ਗਿਆ ਬਹੁਤ ਸਾਰੇ ਲੋਕ ਅਜੇ ਵੀ ਲਵਾਰਸ ਸਨ, ਬਿਮਾਰ ਸਨ, ਜਿਨ੍ਹਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਸੀ, ਅਤੇ ਪਾਕਿਸਤਾਨ ਤੋਂ ਅਜੇ ਵੀ ਲੋਕ ਆ ਰਹੇ ਸਨ ਰੇਲਵੇ ਸਟੇਸ਼ਨ 'ਤੇ। ਤਾਂ ਭਗਤ ਪੂਰਨ ਸਿੰਘ ਜੀ ਨੇ ਰੇਲਵੇ ਸਟੇਸ਼ਨ ਦੇ ਬਾਹਰ ਟਾਂਗਾ ਸਟੈਂਡ ਦੇ ਉੱਤੇ ਆਪਣਾ ਡੇਰਾ ਲਾ ਲਿਆ। ਇੱਕ ਅਜੀਬ ਗੱਲ ਹੈ ਕਿ ਜਿਸ ਬੰਦੇ ਕੋਲ ਆਪ ਸਿਰ 'ਤੇ ਛੱਤ ਨਾ ਹੋਵੇ, ਖਾਣ ਨੂੰ ਰੋਟੀ ਨਾ ਹੋਵੇ, ਪਹਿਨਣ ਨੂੰ ਕੱਪੜਾ ਨਾ ਹੋਵੇ, ਉਹ ਦੂਜਿਆਂ ਦਾ ਫਿਕਰ ਕਰੇ, ਦੂਜਿਆਂ ਦੇ ਰਹਿਣ ਦਾ ਫਿਕਰ ਕਰੇ, ਦੂਜਿਆਂ ਦੇ ਕੱਪੜੇ ਦਾ ਫਿਕਰ ਕਰੇ, ਦੂਜਿਆਂ ਦੀ ਰੋਟੀ ਦਾ ਫਿਕਰ ਕਰੇ, ਤਾਂ ਭਗਤ ਪੂਰਨ ਸਿੰਘ ਜੀ ਉੱਥੇ ਡੇਰਾ ਲਾ ਲਿਆ ਅਤੇ ਘਰਾਂ 'ਚੋਂ ਰੋਟੀਆਂ ਮੰਗ ਕੇ ਲਿਆਉਣੀਆਂ, ਕੱਪੜੇ ਮੰਗ ਕੇ ਲਿਆਉਣੇ, ਮਰੀਜ਼ਾਂ ਨੂੰ ਹਸਪਤਾਲ ਚੁੱਕ ਕੇ ਲੈ ਕੇ ਜਾਣਾ, ਦਵਾਈ ਦਵਾਉਣੀ, ਇਹ ਸਾਰੇ ਜਿਹੜੇ ਕਾਰਜ ਸਨ ਭਗਤ ਜੀ ਇਕੱਲੇ ਹੀ ਕਰਦੇ ਰਹੇ। ਉਹਨਾਂ ਕੋਲ ਕੋਈ ਮਦਦਗਾਰ ਨਹੀਂ ਸੀ। 8-10 ਮਰੀਜ਼ਾਂ ਤੱਕ ਭਗਤ ਜੀ ਕਹਿੰਦੇ ਆ ਕਿ ਮੇਰੇ ਕੋਲ ਕੋਈ ਮਦਦਗਾਰ ਨਹੀਂ ਸੀ। 8 ਸਾਲ ਜਟਾਂ ਬੱਜ ਗਿਆ ਕਿਉਂਕਿ ਸਿਰ ਵਾਹਣ ਦਾ ਕੇਸ ਵਾਹਣ ਦਾ ਟਾਈਮ ਹੀ ਨਹੀਂ ਲੱਗਿਆ। ਇਹ ਸੀ ਇੱਕ ਗੁਰਮੁਖਾਂ ਵਾਲੀ ਸੇਵਾ ਕਰਨ ਦੀ ਚਾਲ, ਜਿਹਦੇ 'ਚ ਬੰਦਾ ਆਪਣੇ ਆਪ ਨੂੰ ਭੁੱਲ ਜਾਂਦਾ। ਔਰ ਜਦੋਂ ਮੰਗਣ ਜਾਂਦੇ ਸੀ ਬਹੁਤ ਲੋਕ ਦੁਰਕਾਰਦੇ ਸੀ, ਜਿਸ ਤਰ੍ਹਾਂ ਆਪਾਂ ਮੰਗਤਿਆਂ ਨੂੰ ਦੁਰਕਾਰਦੇ ਹਾਂ, ਉਹ ਦੁਰਕਾਰ ਵੀ ਭਗਤ ਜੀ ਨੇ ਬਰਦਾਸ਼ਤ ਕੀਤੀ।
ਔਰ ਕਦੇ ਫਿਰ ਵੀ ਉਹਨਾਂ ਨੂੰ ਇਹ ਖਿਆਲ ਨਹੀਂ ਆਇਆ ਕਿ ਮੈਂ ਸੇਵਾ ਛੱਡ ਦਾਂ, ਹਮੇਸ਼ਾ ਹੀ ਆਪਣੇ ਇਰਾਦੇ 'ਤੇ ਦ੍ਰਿੜ ਰਹੇ। ਹੌਲੀ ਹੌਲੀ ਲੋਕਾਂ ਨੂੰ ਭਗਤ ਜੀ ਦਾ ਮਿਸ਼ਨ ਸਮਝ ਆਉਣ ਲੱਗਿਆ। ਪਹਿਲਾਂ ਜਿੱਥੇ 10 ਸਾਲ ਇਸ ਤਰ੍ਹਾਂ ਹੀ ਸੜਕਾਂ 'ਤੇ ਰੁਲਦੇ ਰਹੇ, ਕਦੇ ਚੀਫ ਖਾਲਸਾ ਦੀਵਾਨ ਦੇ ਬਾਹਰ ਡੇਰਾ ਲਾ ਲਿਆ, ਫਿਰ ਬਹੁਤੀਆਂ ਸਰਦੀਆਂ ਆਈਆਂ ਤਾਂ ਜਿਹੜੇ ਵੀ ਖਾਲੀ ਥਾਂ ਮਿਲਦੀ ਸੀ ਉਹਦੇ 'ਤੇ ਮਰੀਜ਼ਾਂ ਨੂੰ ਪਾ ਲੈਂਦੇ ਸੀ। ਮਹਾਰਾਜ ਰਣਜੀਤ ਸਿੰਘ ਦੀ ਜਿਹੜੇ ਬਾਗ ਹੈ, ਕੰਪਨੀ ਬਾਗ, ਉਹਦੀ ਡਿਊੜੀ ਸੀ, ਉਹਦੇ ਵਿੱਚ ਮਰੀਜ਼ ਪਾ ਲਏ। ਕੋਈ ਖਾਲੀ ਮੁਸਲਮਾਨਾਂ ਦਾ ਛੱਡਿਆ ਮਕਾਨ ਸੀ ਉਹਦੇ 'ਚ ਪਾ ਲਏ, ਫਿਰ ਝੌਂਪੜੀਆਂ ਬਣਾ ਲਈਆਂ, ਫਿਰ ਖਾਲੀ ਸਿਨੇਮਾ ਸੀ ਉਹਦੇ ਵਿੱਚ ਮਰੀਜ਼ ਪਾ ਲਏ, ਕੋਈ ਸਰਾਮ ਲੱਗੀ ਉੱਥੇ ਮਰੀਜ਼ ਪਾ ਲਏ। ਇਸ ਤਰ੍ਹਾਂ ਭਗਤ ਜੀ ਦਾ ਜਿਹੜਾ ਪਰਿਵਾਰ ਸੀ ਉਹ ਵੱਧਦਾ ਗਿਆ ਅਤੇ ਪਿੰਗਲਵਾੜੇ ਦਾ ਜਿਹੜੀ ਹੈ ਉਹ ਸ਼ਕਲ ਬਣਦੀ ਗਈ। ਫਿਰ ਲੋਕਾਂ ਨੂੰ ਵੀ ਖਿਆਲ ਆਉਣ ਲੱਗਿਆ ਤਾਂ ਭਗਤ ਜੀ ਨੇ ਆਪ ਵੀ ਕੋਸ਼ਿਸ਼ ਕੀਤੀ ਵੀ ਕੋਈ ਜਗ੍ਹਾ ਲਿੱਤੀ ਜਾਵੇ ਅਤੇ ਪਿੰਗਲਵਾੜਾ ਆਸ਼ਰਮ ਬਣਾਇਆ ਜਾਵੇ। ਤਾਂ ਫਿਰ ਇਹ ਜਿਹੜੀ ਜਗ੍ਹਾ ਪਿੰਗਲਵਾੜਾ ਬੱਸ ਸਟੈਂਡ ਦੇ ਸਾਹਮਣੇ ਹੈ, ਇਹ ਭਗਤ ਪੂਰਨ ਸਿੰਘ ਜੀ ਨੇ ਗੋਪੀ ਚੰਦ ਭਾਰੂਆ ਤੋਂ ਚੀਫ ਮਿਨਿਸਟਰ ਸੀ ਉਹਨਾਂ ਨਾਲ ਗੱਲ ਕੀਤੀ ਤਾਂ ਕਨਸੈਸ਼ਨਲ ਰੇਟ ਦੇ ਉੱਤੇ ਭਗਤ ਜੀ ਨੂੰ ਇਹ ਜਗ੍ਹਾ ਮਿਲੀ, ਜਿੱਥੇ ਉਹਨਾਂ ਨੇ ਫਿਰ ਪਿੰਗਲਵਾੜੇ ਦਾ ਜਿਹੜੀ ਆ ਮੂੰਹ ਮੱਥਾ ਬਣਾਉਣਾ ਸ਼ੁਰੂ ਕੀਤਾ, ਬਿਲਡਿੰਗ ਬਣਾਉਣੀ ਸ਼ੁਰੂ ਕੀਤੀ ਅਤੇ ਮਰੀਜ਼ਾਂ ਨੂੰ ਪ੍ਰੋਪਰ ਰੱਖਣਾ ਸ਼ੁਰੂ ਕੀਤਾ। ਇਹੋ ਜਿਹਾ ਵੀ ਸਮਾਂ ਆਇਆ ਕਿ ਬਿਲਕੁਲ ਪੈਸਾ ਨਹੀਂ ਰਹਿੰਦਾ ਸੀਗਾ, ਚੱਕੀ ਵਾਲੇ ਕੋਲੋਂ ਆਟਾ ਲੈ ਕੇ ਆਉਂਦੇ ਸੀ ਅਤੇ ਫਿਰ ਪੈਸੇ ਮੰਗ ਮੰਗ ਕੇ ਉਹਨੂੰ ਦਿੰਦੇ ਸੀ। ਉਹ ਇੱਕ ਦਿਨ ਉਹਨੇ ਜਵਾਬ ਦੇ ਦਿੱਤਾ ਵੀ ਮੈਂ ਤੁਹਾਡੇ ਪਿਛਲੇ ਪੈਸੇ ਬਹੁਤ ਹੋ ਗਏ ਅਤੇ ਮੈਂ ਤੁਹਾਨੂੰ ਆਟਾ ਨਹੀਂ ਦੇਣਾ ਅੱਗੇ ਤੋਂ। ਤਾਂ ਕੋਈ ਸੇਵਾਦਾਰ ਇਮਾਨਦਾਰ ਸੀ, ਉਹਨੇ ਆਪਣੀ ਜਾ ਕੇ ਘਰ ਦੀ ਰਜਿਸਟਰੀ ਲਿਆਂਦੀ, ਉਹਨੂੰ ਦਿੱਤੀ, ਕਹਿੰਦਾ ਤੂੰ ਰੱਖ ਲੈ ਮੇਰੇ ਮਕਾਨ ਦੀ ਰਜਿਸਟਰੀ, ਗਿਰਵੀ ਰੱਖ ਅਤੇ ਮੈਨੂੰ ਆਟਾ ਦੇ, ਮਰੀਜ਼ ਭੁੱਖੇ ਮਰ ਜਾਣਗੇ। ਫਿਰ ਭਗਤ ਜੀ ਨੇ ਸੋਚਿਆ ਵੀ ਸਿਨੇਮੇ 'ਚ ਸਲਾਈਡਾਂ ਦਿੱਤੀਆਂ ਜਾਣ, ਕਿਸੇ ਤਰੀਕੇ ਨਾਲ ਪ੍ਰਚਾਰ ਕੀਤਾ ਜਾਵੇ। ਇਸ ਤਰ੍ਹਾਂ ਫਿਰ ਹੌਲੀ ਹੌਲੀ ਜਿਹੜਾ ਭਗਤ ਜੀ ਦੇ ਪਿੰਗਲਵਾੜੇ 'ਤੇ ਸਥਾਪਿਤ ਹੋਣਾ ਸ਼ੁਰੂ ਹੋਇਆ। ਉਹ ਮਰੀਜ਼ ਸਾਂਭੇ ਜਾਂਦੇ ਸੀ ਜਿਨ੍ਹਾਂ ਨੂੰ ਘਰ ਦੇ ਬਿਲਕੁਲ ਸੁੱਟ ਜਾਂਦੇ ਆ, ਸਾਂਭਦੇ ਨਹੀਂ। ਇਹੋ ਜਿਹੀ ਮਨੁੱਖਤਾ ਦੀ ਹਾਲਤ ਦੇਖਣ ਨੂੰ ਮਿਲਦੀ ਹੈ ਪਿੰਗਲਵਾੜਾ ਸੰਸਥਾ ਦੇ ਵਿੱਚ ਕਿ ਕਦੇ ਮਨੁੱਖਤਾ ਦਾ ਇੰਨੀ ਬੇਕਦਰੀ ਹੈ। ਤਾਂ ਇਹ ਸਾਰਾ ਕੁਛ ਦੇਖ ਕੇ ਜਿਹੜਾ ਪਿੰਗਲਵਾੜਾ ਸੰਸਥਾ ਸਥਾਪਿਤ ਹੋਈ, ਬਹੁਤ ਸਾਰੇ ਔਰਤਾਂ ਜਿਹੜੀਆਂ ਦਿਮਾਗੀ ਤਵਾਜਨ ਗੁਆ ਚੁੱਕਦੀਆਂ ਸੀ, ਜਿਨ੍ਹਾਂ ਨੂੰ ਆਪਣਾ ਨਾਂ ਤੱਕ ਯਾਦ ਨਹੀਂ ਹੁੰਦਾ ਸੀ, ਜਿਹੜੀਆਂ ਬਿਮਾਰੀਆਂ ਜਿਹੜੀਆਂ ਸੜਕ 'ਤੇ ਰੁਲਦੀਆਂ ਔਰਤਾਂ ਨਾਲ ਕੀ ਸੈਕਸ਼ੂਅਲੀ ਐਕਸਪਲੋਇਟ ਹੁੰਦੀਆਂ ਨੇ, ਤਾਂ ਉਹਨਾਂ ਨੂੰ ਬਲੀਰੀਅਲ ਡਿਜ਼ੀਜ਼ ਵੀ ਲੱਗਦੀਆਂ, ਉਹਨਾਂ ਨੂੰ ਵੀ ਸਾਂਭਿਆ। 5-6 ਕਿਲੋਮੀਟਰ 'ਤੇ ਮੈਂਟਲ ਹੋਸਪਿਟਲ ਸੀ, ਰੇੜੀਆਂ ਬਣਾਈਆਂ, ਫਿਰ ਉਹਨਾਂ 'ਚ ਮਰੀਜ਼ ਨੂੰ ਉਠਾ ਕੇ ਆਪ ਤੱਕ ਕੇ ਲਿਜਾਣਾ, ਰਸਤੇ 'ਚ ਕਈ ਵਾਰੀ ਫਾਟਕ ਬੰਦ ਹੋਣਾ, ਬਹੁਤ ਮਤਲਬ ਗੱਲ ਕੀ ਕਿ ਬਹੁਤ ਮੁਸ਼ਕਲਾਂ 'ਚ ਆ ਕੇ ਬੜਾ ਕੁਛ ਸਹਿ ਕੇ ਬੜੀ ਹਿਊਮਿਲਿਟੀ ਬਰਦਾਸ਼ਤ ਕਰਕੇ, ਭਗਤ ਜੀ ਹਿਊਮੀਲੀਏਸ਼ਨ ਬਰਦਾਸ਼ਤ ਕਰਕੇ ਇਹ ਪਿੰਗਲਵਾੜਾ ਹੋਂਦ ਵਿੱਚ ਆਇਆ। ਪਰ ਭਗਤ ਜੀ ਕਦੇ ਡਿੱਗੇ ਡੋਲੇ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰੀ ਓਟ ਸੀ, ਔਰ ਉਹਨਾਂ ਦੇ ਦਿਲ ਵਿੱਚ ਇਹ ਵੱਸਿਆ ਹੋਇਆ ਸੀ ਕਿ ਜਿਹੜਾ ਸੇਵਾਦਾਰ ਕਿਹੋ ਜਿਹਾ ਹੁੰਦਾ। ਭਾਈ ਗੁਰਦਾਸ ਜੀ ਦੇ ਕਹਿਣ ਮੁਤਾਬਕ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿੱਧਕ ਸ਼ਹੀਦ ਪਰਮ ਪੁੱਖ ਹੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਅਸੀਂ ਤਾਂ ਰੱਬ ਦੇ ਭੇਜੇ ਹੋਏ ਦਾਸ ਹਾਂ, ਗੋਲੇ ਹਾਂ, ਨੌਕਰ ਹਾਂ, ਸਾਡਾ ਕੀ ਮਤਲਬ ਕਿ ਸਾਨੂੰ ਭੁੱਖ ਪਿਆਸ ਦੇ ਪ੍ਰਵਾਹ ਕੀਤੇ ਬਿਨਾਂ ਸਾਡਾ ਦਿਨ ਰਾਤ ਸੇਵਾ ਦੇ ਵਿੱਚ ਲੰਘਣਾ ਚਾਹੀਦਾ। ਤਾਂ ਉਸ ਹਿਸਾਬ ਨਾਲ ਭਗਤ ਜੀ ਨੇ ਸੇਵਾ ਕੀਤੀ। ਹੁਣ ਪਿੰਗਲਵਾੜਾ ਸੰਸਥਾ ਹੋਣ ਵਿੱਚ ਅੱਛੀ ਤਰ੍ਹਾਂ ਆਇਆ, ਲੋਕਾਂ ਨੂੰ ਜਾਣਕਾਰੀ ਹੋਈ, ਦਾਨ ਦੇ ਪੈਸੇ ਵਧਣ ਲੱਗੇ, ਕੋਈ ਸੇਵਾ ਕਹਿੰਦੇ ਕੋਈ ਦਾਨ ਕਹਿੰਦੇ ਆ, ਤਾਂ ਲੋਕ ਭਗਤ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋਣ ਲੱਗੇ। ਤਾਂ ਜਿਹੜਾ ਪਿੰਗਲਵਾੜਾ ਸੰਸਥਾ ਦੀਆਂ ਫਿਰ ਉਹਨਾਂ ਨੇ ਇੱਕ ਸਰਾਂ ਸੀ ਉਹਦੇ 'ਚ ਮਰੀਜ਼ ਪਾ ਲਏ, ਉਹ ਵੀ ਭਗਤ ਜੀ ਨੇ ਆਪਣੇ ਕਬਜ਼ੇ 'ਚ ਰੱਖੀ, ਉਹਨਾਂ ਨੇ ਮੁਕੱਦਮਾ ਵੀ ਕੀਤਾ, ਜਿੱਤ ਵੀ ਗਏ, ਪਰ ਇਹੋ ਜਿਹੇ ਮਰੀਜ਼ਾਂ ਨੂੰ ਕੌਣ ਬਾਹਰ ਕੱਢ ਸਕਦਾ। ਤਾਂ ਇਸੇ ਤਰ੍ਹਾਂ ਹੀ ਇੱਕ ਵਕਫ ਬੋਰਡ ਦੀ ਜਗ੍ਹਾ ਸੀ, ਉੱਥੇ ਮਰੀਜ਼ ਪਾ ਲਏ, ਫਿਰ ਪਡੋਰੀ ਜਗ੍ਹਾ ਲੈ ਲਈ, ਗੋਇੰਦਵਾਲ ਲੈ ਲਈ, ਇਹ ਭਗਤ ਜੀ ਦੇ ਹੁੰਦਿਆਂ ਇਹ ਬ੍ਰਾਂਚਿਸ ਬਣ ਚੁੱਕੀਆਂ ਸੀ ਅਤੇ ਇੱਥੇ ਮਰੀਜ਼ਾਂ ਦੀ ਸੇਵਾ ਹੋ ਚੁੱਕੀ ਸੀ। ਉਹ ਜਿਹੜਾ ਪ੍ਰਚਾਰ ਦਾ ਕੰਮ ਸੀ, ਇਹ ਭਗਤ ਜੀ ਦਾ ਜਿਹੜਾ ਇਨਵਾਇਰਮੈਂਟ ਦੀ ਗੱਲ ਸੀ, ਇਹ ਭਗਤ ਜੀ ਦੇ ਹਿਰਦੇ ਵਿੱਚ ਪੂਰੀ ਤਰ੍ਹਾਂ ਘਰ ਕਰ ਚੁੱਕੀ ਸੀ। ਉਹ ਨਹੀਂ ਸੀ ਚਾਹੁੰਦੇ ਕਿ ਬਹੁਤ ਸਾਰੇ ਪਿੰਗਲਵਾੜੇ ਬਣਾਏ ਜਾਣ। ਉਹ ਕਹਿੰਦੇ ਸੀ ਜੇ ਹਵਾ ਪਾਣੀ ਅਤੇ ਧਰਤੀ ਸਾਫ਼ ਹੋਵੇ ਤਾਂ ਬਿਮਾਰੀਆਂ ਦੀ ਜਿਹੜੀ ਘੱਟ ਜਾਣਗੀਆਂ, ਅਤੇ ਬਹੁਤ ਸਾਨੂੰ ਪਿੰਗਲਵਾੜੇ ਨਾ ਬਣਾਉਣੇ ਪੈਣ, ਕਿਉਂਕਿ ਸੇਵਾ ਕਰਨੀ ਬਹੁਤ ਔਖੀ ਹੈ, ਲੋਕ ਆਪਣੇ ਘਰਦਿਆਂ ਨੂੰ ਛੱਡ ਦਿੰਦੇ ਆ, ਅਤੇ ਇਸ ਕਰਕੇ ਪ੍ਰਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਇਹਨਾਂ ਦੇ ਦਿਮਾਗ ਵਿੱਚ ਸਹੀ ਗੱਲ। ਤਾਂ ਉਹਨਾਂ ਨੇ ਬਹੁਤ ਅਧਿਐਨ ਕੀਤਾ ਕਿ ਕਿਸ ਕਾਰਨ ਕਰਕੇ ਬਿਮਾਰੀਆਂ ਹੁੰਦੀਆਂ। ਤਾਂ ਉਹ ਇੰਨਾ ਅਧਿਐਨ ਕਰਨ ਤੋਂ ਬਾਅਦ ਅੱਜ ਤੋਂ 60 ਸਾਲ ਪਹਿਲਾਂ ਭਗਤ ਜੀ ਨੇ ਇਨਵਾਇਰਮੈਂਟ ਦੀ ਗੱਲ ਕੀਤੀ, ਗਲੋਬਲ ਵਾਰਮਿੰਗ ਦੀ ਗੱਲ ਕੀਤੀ, ਡਿਪਲਿਊਸ਼ਨ ਆਫ ਨੈਚੁਰਲ ਰਿਸੋਰਸਿਸ ਦੀ ਗੱਲ ਕੀਤੀ, ਸੋਇਲ ਇਰੋਜਨ ਦੀ ਗੱਲ ਕੀਤੀ, ਰੁੱਖ ਲਾਉਣ ਦੀ ਗੱਲ ਕੀਤੀ, ਰੁੱਖਾਂ ਦੇ ਕੀ ਫਾਇਦੇ ਨੇ, ਵਿਆਹ ਕਰਾਉਣ ਤੋਂ ਪਹਿਲਾਂ ਬੰਦੇ ਨੂੰ ਕਿਹੜੀ ਕਿਹੜੀ ਗੱਲ ਦਾ ਧਿਆਨ ਦੇਣਾ ਚਾਹੀਦਾ। ਬਹੁਤ ਇਹਨਾਂ ਨੇ ਜਿਹੜੀਆਂ ਹਰ ਚੀਜ਼ ਦੀ ਜਿਹੜੀ ਅਵੇਅਰਨੈਸ ਸੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸੀਗੇ। ਪਹਿਲਾਂ ਹੱਥ ਨਾਲ ਗੱਤੇ 'ਤੇ ਲਿਖ ਕੇ ਚੌਂਕ 'ਚ ਖੜ੍ਹੇ ਹੋ ਜਾਂਦੇ ਸੀ, ਫਿਰ ਹੌਲੀ ਹੌਲੀ ਉਹਨਾਂ ਨੇ ਪ੍ਰੈੱਸ ਲਾ ਲਈ, ਪ੍ਰੈੱਸ ਲਾ ਕੇ ਬਹੁਤ ਸਾਰਾ ਲਿਟਰੇਚਰ ਜਿਹੜਾ ਛਾਪ ਕੇ ਪਿੰਗਲਵਾੜਾ ਸੰਸਥਾ ਵੱਲੋਂ ਫ੍ਰੀ ਵੰਡਿਆ ਜਾਂਦਾ।
ਗੁਰਦੁਆਰਿਆਂ ਦੇ ਬਾਹਰ ਉਹਨਾਂ ਨੇ ਆਪਣੇ ਡੇਰੇ ਲਾਏ, ਉੱਥੇ ਵੀ ਕਾਫੀ ਉਹਨਾਂ ਨੂੰ ਜੱਦੋਜਹਿਦ ਕਰਨੀ ਪਈ, ਕਿਉਂਕਿ ਕਈ ਵਾਰੀ ਗੁਰਦੁਆਰੇ ਵਾਲੇ ਇਹ ਸਮਝ ਜਾਂਦੇ ਆ ਵੀ ਸ਼ਾਇਦ ਗੁਰਦੁਆਰੇ ਦੀ ਆਮਦਨ ਘੱਟ ਜਾਏਗੀ ਜੇ ਪਿੰਗਲ ਵਾਲੇ ਪੈਸੇ ਜਾਣ ਲੱਗ ਜਾਣਗੇ। ਤਾਂ ਇਹਦੇ ਲਈ ਵੀ ਉਹਨਾਂ ਨੇ ਫਿਰ ਬੋਰਡ ਲਾਏ ਤਾਂ ਕਿ ਜੋ ਗੁਰਸਿੱਖੀ ਦਾ ਮੈਸੇਜ ਹੈ ਉਹ ਲੋਕਾਂ ਤਾਈਂ ਜਾਵੇ। ਬਹੁਤ ਜੱਦੋਜਹਿਦ ਕਰਨੀ ਪਈ ਹਰ ਗੱਲ ਲਈ ਉਹਨਾਂ ਨੂੰ, ਜੇ ਸਟਾਲਾਂ ਲਾਈਆਂ ਗੁਰਦੁਆਰੇ ਤਾਂ ਉਹਦੇ ਲਈ ਜੱਦੋਜਹਿਦ ਕਰਨੀ ਪਈ, ਜੇ ਗੋਲਕਾਂ ਲਾਈਆਂ ਤਾਂ ਉਹਦੇ ਲਈ ਜੱਦੋਜਹਿਦ ਕਰਨੀ ਪਈ। ਤਾਂ ਬਹੁਤ ਜੱਦੋਜਹਿਦ ਤੋਂ ਬਾਅਦ ਜਿਹੜਾ ਭਗਤ ਜੀ ਆਪਣਾ ਮਿਸ਼ਨ ਜਿਹੜਾ ਉਹ ਕਾਮਯਾਬ ਹੋ ਸਕੇ, ਆਪਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੜ੍ਹੇ ਹੋ ਕੇ ਕਈ ਵਾਰੀ ਆਪ ਇਸ਼ਤਿਹਾਰ ਲੋਕਾਂ 'ਚ ਵੰਡਦੇ, ਜਾਗਰਤੀ ਪੈਦਾ ਕਰਦੇ ਕਿ ਹੜ੍ਹ ਆਉਣਗੇ, ਜੇ ਤੁਸੀਂ ਰੁੱਖ ਕੱਟੇ ਹੜ੍ਹ ਆਉਣਗੇ, ਕਾਲ ਪੈਣਗੇ, ਹਨੇਰੀਆਂ ਆਉਣਗੀਆਂ, ਮੌਸਮ ਬਦਲ ਜਾਣਗੇ, ਬਰਫਾਨੀ ਯੁੱਗ ਆ ਜਾਏਗਾ। ਇੱਥੋਂ ਤੱਕ ਚੇਤਾਵਨੀ ਦਿੱਤੀ ਭਗਤ ਜੀ ਨੇ ਕਿ ਜੇ ਤੁਸੀਂ ਇਹਨਾਂ ਗੱਲਾਂ ਵੱਲ ਧਿਆਨ ਨਾ ਦਿੱਤਾ, ਜੇ ਤੁਸੀਂ ਆਪਣਾ ਜ਼ਿੰਦਗੀ ਦਾ ਸਟਾਈਲ ਇਹੀ ਰੱਖਿਆ ਜਿਹੜਾ ਹੋਣਾ, ਅਮੀਰਾਂ ਵਾਲਾ, ਫਜ਼ੂਲ ਮੋਟਰ ਕਾਰਾਂ ਵਰਤਣੀਆਂ, ਬਿਨਾਂ ਗੱਲ ਤੋਂ ਮੋਟਰ ਕਾਰਾਂ ਵਰਤਣੀਆਂ, ਤਾਂ ਫਿਰ ਇਹ ਸਮਾਂ ਦੂਰ ਨਹੀਂ ਜਦੋਂ ਕਿ ਹਰ ਸਾਲ ਬੰਦਾ 1.5 ਕਰੋੜ ਬੰਦਾ ਭੁੱਖ ਨਾਲ ਅਤੇ ਬਿਮਾਰੀ ਨਾਲ ਮਰਿਆ ਕਰੇਗਾ, ਅਤੇ ਉਦੋਂ ਤੱਕ ਮਰਦਾ ਰਹੇਗਾ ਜਦੋਂ ਤੱਕ 36 ਕਰੋੜ ਬੰਦੇ ਨਹੀਂ ਰਹਿ ਜਾਂਦੇ।